ਅਸਲਾਮ ਵਾਲੇਕੁਮ। ਹਾਂਜੀ ਭਰਾਵਾ ਜੀ, ਕੀ ਹਾਲ ਚਾਲ? ਤੁਹਾਡੇ ਸਾਰਿਆਂ ਦਾ ਵੈਲਕਮ ਇੱਕ ਮੇਰੇ ਨਵੇਂ ਵਲੋਗ ਦੇ ਵਿੱਚ। ਅੱਗੇ ਤੁਹਾਨੂੰ ਉਦੋਂ ਦੱਸਿਆ ਸੀਗਾ ਕੱਲ੍ਹ ਕਿ ਅਸੀਂ ਲੱਭ ਰਹੇ ਸੀ ਟ੍ਰਾਪੀਕਲ ਲੱਭ ਗਿਆ ਸੀਗਾ, ਲੇਕਿਨ ਉਦੋਂ ਮਗਰੀ ਦਾ ਟਾਈਮ ਹੋ ਗਿਆ ਸੀਗਾ, ਇਸ ਵਜ੍ਹਾ ਤੋਂ ਵੀਡੀਓ ਨਹੀਂ ਬਣੀ। ਇੱਕ ਥੱਕਿਆ ਬੰਦਾ ਸੀਗਾ, ਉਹਦਾ ਵੇਖਦਾ ਨਹੀਂ ਸੀਗਾ, ਸਾਨੂੰ ਕੋਈ ਲੱਭਦਾ ਨਹੀਂ ਸੀਗਾ, ਅਸੀਂ ਉਹਨੂੰ ਪੈਸੇ ਦਿੱਤੇ, ਉਹ ਗੱਲ ਹੋ ਗਈ ਪੱਕੀ। ਅਤੇ ਅੱਜ ਅਸੀਂ ਆਏ ਸੀਗੇ ਬਲੈਕ ਗ੍ਰੇ ਨਾਈਟ ਵਾਸਤੇ, ਉਸ ਜਗ੍ਹਾ 'ਤੇ ਆਏ ਸੀ ਜਿੱਥੇ ਸਾਰਾ ਬਲੈਕ ਦਾ ਗਾਰਡ ਆ। ਇੱਥੇ ਬਲੈਕ ਲੱਭ ਗਿਆ ਵਾ, ਉੱਥੇ ਸ਼ੋਰ ਬੜਾ ਸੀਗਾ ਬਲੇਟਾਂ ਦਾ, ਮਸ਼ੀਨਾਂ ਦਾ, ਇਸ ਵਜ੍ਹਾ ਤੋਂ ਮੈਂ ਉੱਥੇ ਵੀਡੀਓ ਨਹੀਂ ਬਣਾ ਸਕਿਆ। ਇਹ ਵੀ ਇੱਕ ਇੱਥੇ ਪਿਸ਼ਾਵਰ ਦਾ ਇਲਾਕਾ KPK ਦਾ, ਮੈਨੂੰ ਕਹਿੰਦੇ ਆ 72 ਮੋੜ ਵੀ ਕਹਿੰਦੇ ਆ, ਹੋਰ ਵੀ ਦੋ ਤਿੰਨ ਨਾਮ ਹੈਗੇ ਇਹਦੇ। ਬੜਾ ਖੂਬਸੂਰਤ ਇਲਾਕਾ, ਸਾਰਾ ਇੰਡਸਟਰੀਅਲ ਏਰੀਆ ਵਾ ਇੱਥੇ, ਟੋਟਲੀ ਜਿੰਨਾ ਵੀ ਇੱਥੇ ਏਰੀਆ ਵਾ ਸਾਰਾ ਇੱਥੇ ਬਲੈਕ 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 ਗ੍ਰੇਨਾਈਟ ਹੀ ਹੈ। ਠੀਕ ਹੈ, ਅਤੇ ਅੱਜ ਸ਼ੁਕਰ ਅਲਹਮਦੁਲਿਲਾ ਧੁੱਪ ਵੀ ਨਿਕਲੀ ਹੋਈ ਆ, ਬੱਦਲ ਬਸ ਨਾਰਮਲ ਜਿਹੇ ਹੈਗੇ ਆ, ਬਾਰਿਸ਼ ਬੁਰਸ਼ ਨਹੀਂ ਹੋ ਰਹੀ। ਬਾਰਿਸ਼ ਜੇ ਹੁੰਦੇ ਨਾ ਕੋਈ ਕੰਮ ਨਹੀਂ ਬੜਦਾ ਅਤੇ ਨਾ ਹੋਰ। ਅਸੀਂ ਸਵੇਰੇ ਸਵੇਰੇ ਟਾਈਮ ਨਾਲ ਉੱਠ ਕੇ ਆਏ ਇੱਥੇ 72 ਮੋੜ, ਛੱਤਰੀ ਛੁੱਤਰੀ ਅਸੀਂ ਨਾਲ ਹੀ ਲੈ ਲਈ, ਅੰਬਰੇਲਾ ਵੀ ਇਹਨੂੰ ਕਹਿੰਦੇ ਆ। ਅਸੀਂ ਕਿਹਾ ਕਿਤੇ ਨਾ ਕਿਤੇ ਬਾਰਿਸ਼ ਹੀ ਨਾ ਹੋਣ ਲੱਗ ਜਾਵੇ, ਕੀ ਪਤਾ। ਅਤੇ ਹੁਣ ਅਸੀਂ ਜਾ ਰਹੇ ਸੀ ਵਾਪਸ, ਮੈਂ ਕਿਹਾ ਚਲੋ ਇੱਕ ਛੋਟੀ ਜਿਹੀ ਵੀਡੀਓ ਤੁਹਾਨੂੰ ਮੈਂ ਦੱਸ ਦੇਵਾਂ। ਕੰਮ ਆਪਣਾ ਤਕਰੀਬਨ 100 ਦੇ ਵਿੱਚੋਂ 50% ਹੋ ਗਿਆ ਵਾ, 50 ਜਿਹੜਾ ਵਾ ਉਹ ਬਸ ਹੁਣ ਫੋਨ 'ਤੇ ਹੀ ਹੋ ਜਾਣਾ ਵਾ, ਉਹ ਬੰਦੇ ਚੰਗੇ ਆ ਜਿੰਨਾ ਕੋ ਹੋਰ ਮਾਲ ਲੈਣਾ ਵਾ, ਉਹ ਵੀ ਆਪਾਂ ਨੂੰ ਲੱਭ ਜਾਣਾ। ਹੁਣ ਤੁਹਾਨੂੰ ਇੱਥੇ ਦਾ ਇਲਾਕਾ ਸ਼ਲਾਕਾ ਦਿਖਾ ਦਈਏ। ਇਹ ਜਿੱਡਾ ਕੁ ਆਪਣਾ ਚਿਸ਼ਤੀਆਂ ਨਾ, ਅਤੇ ਏਡਾ ਕੁ ਇੱਥੇ ਸਿਰਫ ਬਲੈਕ ਗ੍ਰੇਨਾਈਟ ਦਾ ਗਾਰਡ ਆ। ਇਹਨਾਂ ਚਿਸ਼ਤੀਆਂ ਤਕਰੀਬਨ ਜਿੰਨੀ ਜਗ੍ਹਾ 'ਤੇ ਵੀ ਹੈਗਾ ਉਨੀ ਜਗ੍ਹਾ 'ਤੇ ਪਿਸ਼ਾਵਰ ਦੇ ਵਿੱਚ ਸਿਰਫ ਬਲੈਕ ਗ੍ਰੇਨਾਈਟ ਦਾ ਕੰਮ ਹੁੰਦਾ, ਸਿਰਫ ਔਰ ਸਿਰਫ ਬਲੈਕ ਦਾ। ਕਾਰੋਬਾਰ ਐਵੇਂ ਨਹੀਂ ਹੋ ਜਾਂਦਾ, ਬੜਾ ਖੱਜਲ ਹੋਣਾ ਪੈਂਦਾ, ਇੱਦਾਂ ਹੀ ਹੈ ਕਿ ਨਹੀਂ? ਕੰਮ ਜਿਹੜਾ ਵੀ ਆ ਬੜੀ ਮਿਹਨਤ ਕਰਨੀ ਪੈਂਦੀ ਆ, ਫਿਰ ਜਾ ਕੇ ਬੰਦਾ ਆਪਣੀ ਕਾਮਯਾਬੀ ਦੀ ਸੀੜੀ 'ਤੇ ਚੜ੍ਹਦਾ ਵਾ। ਜੇ ਬੰਦਾ ਘਰੇ ਸੁੱਤਾ ਰਹੇ ਤਾਂ ਕਾਮਯਾਬੀ ਦੀ ਸੀੜੀ 'ਤੇ ਨਹੀਂ ਚੜ੍ਹਦਾ। ਵੀਡੀਓ ਨਹੀਂ ਤਾਂ ਹੁਣ ਮੈਂ ਦੱਸ ਦੇਵਾਂ, ਵਾਕਿਆ ਨਕਾਮੀ ਦੀ ਸੀਡੀ 'ਤੇ ਚੜ੍ਹਨਾ ਜਦੋਂ ਸੁੱਤੇ ਰਹਿਣਾ ਉਹਨੇ। ਹਾਂਜੀ, ਅੱਗੇ ਕਿਹੜਾ ਰੋਡ ਆ, ਅੱਗੇ ਕਹਿ ਨੂੰ ਜਾਂਦਾ ਪਿੰਡੀ ਗੈਪ? ਪਿੰਡੀ ਗੈਪ ਕਿਹੜਾ ਇਲਾਕਾ? ਇੱਕ ਤੇ ਆ ਗਿਆ ਪਿੰਡੀ ਇਸਲਾਮਾਬਾਦ ਨਾਲ ਪਿੰਡੀ ਆ ਗਿਆ ਬਾਬਾ, ਕੋਈ ਖੂਬਸੂਰਤ ਏਰੀਆ ਗਿਆ ਐਵੇਂ ਬਸ। ਅੱਛਾ ਪਿੰਡੀ ਗੈਪ, ਉਹ ਜਿਹੜਾ ਇਲਾਕਾ ਉੱਧਰ ਨੂੰ ਸੜਕ ਜਾਂਦੀ ਹੈ, ਉਹ ਜੀਟੀ ਰੋਡ ਜਾ ਰਹੀ ਹੈ। ਇੱਥੇ ਤੁਹਾਨੂੰ ਮੈਂ ਦਿਖਾਉਣਾ ਵਾ, ਸਾਹਮਣੇ ਬੋਰਡ ਲੱਗਿਆ ਸਮਾਲ ਇੰਡਸਟਰੀਅਲ ਸਟੇਟ ਖੈਬਰ ਰਾਕ ਐਂਡ ਗ੍ਰੇਨਾਈਟ। ਇਦਾਂ ਦੀ ਇੰਟਰਸਟਿੰਗ ਮਾਰਬਲ ਦੇ ਰਿਲੇਟਡ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਆਉਣ ਵਾਲੀ ਜਿਹੜੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ।
ਤੁਸੀਂ ਉਹਨੂੰ ਬਾਆਸਾਨੀ ਦੇਖ ਸਕੋ, ਬਾਆਸਾਨੀ ਦੇਖਣ ਤੋਂ ਬਾਅਦ ਤੁਸੀਂ ਉਹਨੂੰ ਬਾਆਸਾਨੀ ਲਾਈਕ ਵੀ ਕਰ ਸਕੋ। ਕੇਅਰ ਜ਼ਰੂਰ ਕੋਈ ਨਹੀਂ ਕਰਦਾ।